ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਕਲਾਸ ਵਿੱਚ ਚੈਪਟਰ ਨੰਬਰ 9 ਸੈਵਨਥ ਕਲਾਸ ਦੀ ਪੋਲਿਟੀਕਲ ਸਾਇੰਸ ਦੀ ਐਨਸੀ ਈਆਰਟੀ ਦੀ ਕਿਤਾਬ ਵਿੱਚੋਂ ਲਿਆ ਗਿਆ ਲੈਸਨ ਸਮਾਨਤਾ ਲਈ ਸੰਘਰਸ਼ ਇਸ ਪਾਠ ਨੂੰ ਆਪਾਂ ਚੰਗੇ ਤਰੀਕੇ ਨਾਲ ਡਿਸਕਸ ਕਰਾਂਗੇ ਇਹ ਪਾਠ ਤੁਹਾਡੇ ਪੀਐਸਟੈਟ ਸੀਟੈਟ ਇਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਕਲਾਸ ਦੀ ਕਲਾਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਗੱਲ ਕਰ ਰਹੇ ਆਪਾਂ ਸਮਾਨਤਾ ਦੀ ਇਸ ਤੋਂ ਪਹਿਲਾਂ ਵਾਲੇ ਜਿਹੜੇ ਪਾਠ ਆਪਾਂ ਪੜ੍ਹੇ ਆ 7th ਕਲਾਸ ਦੀ NCERT ਦੀ ਸਿਵਿਕਸ ਦੀ ਕਿਤਾਬ ਦੀ ਜੇਕਰ ਮੈਂ ਗੱਲ ਕਰਾਂ ਜਿਹਦੇ ਵਿੱਚ ਆਪਾਂ ਮੇਨਲੀ ਸਮਾਨਤਾ ਦੀ ਗੱਲ ਕੀਤੀ ਹੈ ਐਂਡ ਜੋ ਕੁਝ ਆਪਾਂ ਪਹਿਲਾਂ ਪੜ੍ਹਿਆ ਇਸ ਚੈਪਟਰ ਦੇ ਵਿੱਚ ਵੀ ਆਪਾਂ ਉਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਇੱਥੇ ਇਨਾਂ ਨੇ ਵਿੱਤੀ ਅਸਮਾਨਤਾ ਦੀ ਗੱਲ ਕੀਤੀ ਹੈ ਫਾਈਨੈਂਸ਼ੀਅਲ ਇਨਕਵੈਲਟੀ ਕਹਿ ਸਕਦੇ ਹਾਂ ਵਿੱਤੀ ਅਸਮਾਨਤਾ ਸਮਾਜ ਵਿੱਚ ਇੱਕ ਮਹੱਤਵਪੂਰਨ ਮੁੱਦਾ ਹੈਗਾ ਜਿਵੇਂ ਅੱਜ ਕੱਲ ਆਪਾਂ ਵੇਖਦੇ ਆਂ ਕਿ ਜਿਹੜਾ ਗਰੀਬ ਹੈਗਾ ਜੀ ਉਹ ਗਰੀਬ ਹੁੰਦਾ ਜਾ ਰਿਹਾ ਅਮੀਰ ਜਿਹੜਾ ਹੈਗਾ ਪਰਸਨ ਉਹ ਅਮੀਰ ਹੁੰਦਾ ਜਾ ਰਿਹਾ ਜਿਹੜੇ ਕਿ ਕੋਰਪੋਰੇਟ ਘਰਾਣਿਆਂ ਤੋਂ ਜਿਹੜੇ ਲੋਕ ਨੇ ਜਿਵੇਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਉਹ ਜਿਹੜੀਆਂ ਹੈਗੀਆਂ ਨੇ ਜੀ ਉਹ ਤਾਂ ਆਪ ਦਾ ਜਿਹੜਾ ਕਾਰੋਬਾਰ ਹੈਗਾ ਜੀ ਬਹੁਤ ਵਧੀਆ ਕਰ ਰਹੀਆਂ ਨੇ ਉਹਨਾਂ ਨੂੰ ਸਰਕਾਰ ਵੱਲੋਂ ਜ਼ਿਆਦਾ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਨੇ ਬਟ ਇਸ ਦੇ ਨਾਲ ਆਪਾਂ ਇਹ ਗੱਲ ਵੀ ਦੇਖਦੇ ਆ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਕੋਈ ਕਰਨ ਵਾਲਾ ਨਹੀਂ ਹੈਗਾ ਕੋਈ ਧਿਆਨ ਰੱਖਣ ਵਾਲਾ ਨਹੀਂ ਹੈਗਾ ਜਿਹਦੇ ਨਾਲ ਉਹ ਗਰੀਬ ਹੁੰਦੇ ਜਾ ਰਹੇ ਆ ਇਸ ਤੋਂ ਬਾਅਦ ਆਪਾਂ ਦੇਖਦੇ ਆ ਕਿ ਆਪਾਂ ਸਾਰਿਆਂ ਨੂੰ ਬਰਾਬਰ VOTING RIGHTS ਦਿੱਤੇ ਹੋਏ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਬਰਾਬਰ VOTING RIGHTS ਦੇ ਨਾਲ ਕੀ ਆਪਾਂ ਨੂੰ ਐਕਚੁਅਲ ਵਿੱਚ ਜਿਹੜੀਆਂ ਅਪੋਰਚੂਨਿਟੀਆਂ ਨੇ ਉਹ ਮਿਲ ਰਹੀਆਂ ਨੇ ਜਾਂ ਫਿਰ ਨਹੀਂ ਮਿਲ ਰਹੀਆਂ ਜਿਵੇਂ ਨਾਗਰਿਕਾਂ ਨੂੰ ਜ਼ਰੂਰੀ ਸੇਵਾਵਾਂ ਅਤੇ ਮੌਕਿਆਂ ਤੱਕ ਪਹੁੰਚ ਵਿੱਚ ਅਸਮਾਨਤਾਵਾਦਾ ਜਿਹੜਾ ਸਾਹਮਣਾ ਹੈਗਾ ਜੀ ਉਹ ਕਰਨਾ ਪੈਂਦਾ ਆ VOTING RIGHT ਦੇਣ ਦੇ ਬਾਵਜੂਦ ਠੀਕ ਹੈ ਜੀ ਇਹ ਗੱਲ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਕਿ ਜਿਹੜੇ ਅਮੀਰ ਘਰਾਂ ਦੇ ਜਿਹੜੇ ਲੋਕ ਹੁੰਦੇ ਨੇ ਜੀ ਜਾਂ ਫਿਰ ਕਹਿ ਸਕਦੇ ਆ ਪੈਸੇ ਵਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਤਾਂ ਕੋਈ ਜ਼ਿਆਦਾ ਅਪੋਰਚੂਨਿਟੀਆਂ ਮਿਲਦੀਆਂ ਨੇ ਸਰਕਾਰ ਵੱਲੋਂ ਤਾਂ ਚਲੋ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਬਟ ਉਹਨਾ ਅਮੀਰ ਪਰਸਨਸ ਕੋਲ ਰਿਸੋਰਸਸ ਜ਼ਿਆਦਾ ਹੋਣ ਕਰਕੇ ਉਹ ਕੀ ਕਰਦੇ ਨੇ ਜੀ ਉਹ ਗ੍ਰੈਬ ਕਰ ਲੈਂਦੇ ਨੇ ਸਾਰੀਆਂ oportunidades ਨੂੰ ਇਸ ਤੋਂ ਬਾਅਦ ਆਪਾਂ ਵੇਖਦੇ ਹਾਂ ਕਿ ਜੇ ਜਦੋਂ ਆਪਾਂ ਪਹਿਲਾ ਪਾਰਟ ਪੜ੍ਹਿਆ ਸੀਗਾ ਗਰੀਬ ਵਿਅਕਤੀ ਜਿਵੇਂ ਕਿ ਕਾਂਤਾ ਇੱਕ ਡੋਮੈਸਟਿਕ ਵਰਕਰ ਸੀਗੀ ਘਰਾਂ ਵਿੱਚ ਕੰਮ ਕਰਦੀ ਸੀਗੀ ਉਹ ਜਦੋਂ ਜਾਂਦੀ ਹੈ ਉਹਦੀ ਲੜਕੀ ਬਿਮਾਰ ਹੋ ਜਾਂਦੀ ਹੈ ਤੇ ਉਹਨੂੰ ਸਰਕਾਰੀ ਹਸਪਤਾਲ ਜਾਣਾ ਪੈਂਦਾ ਆ ਜਦੋਂ ਉਹ ਨਿੱਜੀ ਡਾਕਟਰ ਕੋਲ ਜਾਊਗੀ ਤੇ ਉਹਦੇ ਕੋਲ ਇੰਨੇ ਪੈਸੇ ਨਹੀਂ ਹੋਣਗੇ ਕਿ ਇੰਨੇ ਮਹਿੰਗੇ ਮਹਿੰਗੇ ਐਕਸਪੈਂਸਸ ਜਿਹੜੇ ਹੋਣਗੇ ਹਸਪੀਟਲਸ ਦੇ ਉਹ ਨਹੀਂ ਬੇਅਰ ਕਰ ਸਕਦੀ ਨਹੀਂ ਬਰਦਾਸ਼ਤ ਕਰ ਸਕਦੀ ਜਾਂ ਫਿਰ ਕਹਿ ਸਕਦੇ ਆ ਕਿ ਉਹਦੇ ਤੋਂ ਖਰਚਾ ਨਹੀਂ ਚੁਕਾਇਆ ਜਾਊਗਾ ਸੋ ਜਿਹਦੇ ਕਰਕੇ ਉਹਨੂੰ ਸਰਕਾਰੀ ਹਸਪਤਾਲ ਵਿੱਚ ਜਾਣਾ ਪੈਂਦਾ ਆ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਵੀ ਨਹੀਂ ਭੇਜ ਸਕਦੀ ਕਹਿ ਸਕਦੇ ਆ ਕਿ ਉਹਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਣਾ ਆ ਆਲਥੋ ਅੱਜਕੱਲ ਦੇ ਜਿਹੜੇ ਮਾਪਿਓ ਨੇ ਆਪਦੇ ਬੱਚਿਆਂ ਨੂੰ ਕੋਸ਼ਿਸ਼ ਕਰਦੀ ਹੈ ਕਿ ਰੋਟੀ ਘੱਟ ਖਾ ਲਈਏ ਪ੍ਰਾਈਵੇਟ ਸਕੂਲਾਂ ਵਿੱਚ ਹੀ ਪੜਾਇਆ ਜਾਵੇ ਬਟ ਫਿਰ ਵੀ ਕਹਿ ਸਕਦੇ ਹਾਂ ਕਿ ਇਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਆ ਗਰੀਬ ਜਿਹੜੇ ਵਿਦਿਆਰਥੀ ਨੇ ਅਕਸਰ ਪ੍ਰਮੁੱਖ ਸੰਸਥਾਵਾਂ ਵਿੱਚ ਪੜਾਈ ਨਹੀਂ ਕਰ ਸਕਦੇ ਉਹਨਾਂ ਦੀਆਂ ਨੌਕਰੀਆਂ ਦੀਆਂ ਸੰਭਾਵਨਾ ਨੂੰ ਸੀਮਿਤ ਕਰਦੇ ਹਨ ਕਈ ਵਾਰ ਤਾਂ ਜਿਹੜੇ ਮਾਪਿਓ ਹੁੰਦੇ ਨੇ ਉਹ ਵੀ ਆਪਦੇ ਬੱਚਿਆਂ ਨੂੰ ਖਾਸ ਕਰਕੇ ਫੀਮੇਲਸ ਗਰਲਸ ਨੂੰ ਸਕੂਲ ਨਹੀਂ ਭੇਜਦੇ ਇਹ ਤਾਂ ਚਲੋ ਵਿੱਤੀ ਅਸਮਾਨਤਾ ਦਾ ਕਾਰਨ ਇਹ ਵੀ ਹੋ ਸਕਦਾ ਕਿਉਂਕਿ ਮੰਨ ਲੋ ਕਿਸੇ ਪਰਿਵਾਰ ਦੇ ਵਿੱਚ ਤਿੰਨ ਚਾਰ ਲੜਕੇ ਜਾਂ ਫਿਰ ਲੜਕੀਆਂ ਹੈਗੀਆਂ ਨੇ ਐਂਡ ਉੱਥੇ ਬॉयਜ਼ ਜਿਹੜਾ ਹੋਊਗਾ ਜਿਹੜੇ ਬॉयਜ਼ ਹੋਣਗੇ ਉਹਨਾਂ ਤੇ ਹੋ ਸਕਦਾ ਜ਼ਿਆਦਾ ਧਿਆਨ ਦਿੱਤਾ ਜਾਵੇ ਲੜਕੀਆਂ ਤੇ ਧਿਆਨ ਨਾ ਦਿੱਤਾ ਜਾਵੇ ਜਿਹਦੇ ਕਰਕੇ ਹੋ ਸਕਦਾ ਕਿ ਗਰਲ ਚਾਈਲਡ ਨੂੰ ਸਕੂਲ ਨਾ ਭੇਜਿਆ ਜਾਵੇ ਹੋ ਸਕਦਾ ਕਿ ਪੈਸੇ ਦੀ ਤੰਗੀ ਕਰਕੇ ਇਹ ਕੰਮ ਕੀਤਾ ਜਾ ਰਿਹਾ ਜਾਂ ਫਿਰ ਉਹਨਾਂ ਦਾ ਮੈਂਟਲੀ ਨ੍ਹਾ ਫਿਰ ਕਹਿ ਸਕਦੇ ਆ ਕਿ ਉਹਨਾਂ ਦਾ ਮਾਈਂਡ ਸੈਟ ਹੀ ਇਸ ਤਰ੍ਹਾਂ ਦਾ ਹੈਗਾ ਆ ਐਂਡ ਇੱਥੇ ਵਿੱਤੀ ਅਸਮਾਨਤਾ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਜੂਸ ਜਿਹੜਾ ਵੇਚਣ ਵਾਲਾ ਇੱਕ ਪਰਸਨ ਹੈਗਾ ਆ ਉਹ ਵੱਡੇ ਵੱਡੇ ਬ੍ਰਾਂਡਾਂ ਨਾਲ ਮੁਕਾਬਲਾ ਨਹੀਂ ਕਰ ਸਕਦਾ ਸੋ ਫਾਈਨੈਂਸ਼ੀਅਲ ਇਨ ਇਕੁਐਲਿਟੀ ਦਾ ਵੇਖਣ ਨੂੰ ਮਿਲੂਗੀ ਕਿਉਂਕਿ ਵੱਡੇ ਵੱਡੇ ਜਿਹੜੇ ਬ੍ਰਾਂਡ ਨੇ ਜੂਸ ਵੇਚਦੇ ਨੇ ਹੁਣ ਉਹਨਾਂ ਦਾ ਜਿਹੜਾ ਬ੍ਰਾਂਡ ਹੈਗਾ ਆ ਉਹ ਇੰਨੀ ਜ਼ਿਆਦਾ ਐਡਵਰਟਾਈਜ਼ਮੈਂਟ ਕਰਦੇ ਨੇ ਪੈਸੇ ਦਿੰਦੇ ਨੇ ਵੱਡੇ ਵੱਡੇ ਸੈਲੀਬ੍ਰਿਟੀਜ਼ ਨੂੰ ਵੀ ਜਿਵੇਂ ਆਲੀਆ ਭੱਟ ਨੂੰ ਤੁਸੀਂ ਵੇਖਿਆ ਹੋਣਾ ਕਿ ਮਾਜ਼ਾ ਇੱਕ ਫਰੂਟੀ ਹੁੰਦੀ ਹੈ ਉਹਦੀ ਐਡਵਰਟਾਈਜ਼ਮੈਂਟ ਕਰਦੀ ਹ ਤੇ ਸੜਕ ਤੇ ਜੂਸ ਜਿਹੜਾ ਵੇਚ ਰਿਹਾ ਗੰਨੇ ਦਾ ਜੂਸ ਵੇਚ ਰਿਹਾ ਜਾਂ ਫਿਰ ਕੋਈ ਹੋਰ ਵੀ ਮੰਗੋ ਸ਼ੇਕ ਬਰਾਨਾ ਸ਼ੇਕ ਬਣਾ ਕੇ ਵੇਚ ਰਿਹਾ ਕਿਉਂ ਐਡਵਰਟਾਈਜ਼ਮੈਂਟ ਕਰਕੇ ਵੱਡੇ ਬ੍ਰਾਂਡਾਂ ਨਾਲ ਮੁਕਾਬਲਾ ਕਰ ਸਕਦਾ ਬਿਲਕੁਲ ਨਹੀਂ ਸੋ ਇਹ ਇੱਕ ਵਿੱਤੀ ਅਸਮਾਨਤਾ ਵੇਖਣ ਨੂੰ ਮਿਲਦੀ ਹੈ ਦੂਜੇ ਨੰਬਰ ਤੇ ਲਿੰਗ ਆਧਾਰਿਤ ਅਸਮਾਨਤਾ ਵੇਖਣ ਨੂੰ ਮਿਲਦੀ ਹੈ ਜੈਂਡਰ ਬੇਸਡ ਇਨ ਇਕੁਐਲਿਟੀ ਕਹਿ ਸਕਦੇ ਹਾਂ ਲਿੰਗ ਆਧਾਰਿਤ ਅਸਮਾਨਤਾ ਵੀ ਇੱਕ ਕੀ ਹੈਗੀ ਇੱਕ ਵਿਆਪਕ ਇੱਕ ਵਾਈਡਰ ਪ੍ਰੋਬਲਮ ਹੈਗੀ ਆ ਡਿਫਿਕਲਟੀ ਜਿਹੜੀ ਹੈਗੀ ਆ ਵੇਖਣ ਨੂੰ ਮਿਲਦੀ ਹੈ ਪਹਿਲਾਂ ਵਾਲੇ ਪਾਠ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਜਿਹੜੀਆਂ ਫੀਮੇਲਸ ਹੁੰਦੀਆਂ ਨੇ ਘਰਾਂ ਵਿੱਚ ਕੰਮ ਕਰਦੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਬਟ ਐਕਚੁਅਲ ਵਿੱਚ ਜਦੋਂ ਉਹ ਘਰਾਂ ਵਿੱਚ ਕੰਮ ਕਰਦੀਆਂ ਨੇ ਕੀ ਉਹਨਾਂ ਨੂੰ ਕੋਈ ਵੈਲਿਊ ਜਾਂ ਫਿਰ ਪੈਸੇ ਦਿੱਤੇ ਜਾਂਦੇ ਨੇ ਬਿਲਕੁਲ ਨਹੀਂ ਬਟ ਜੇ ਉਹੀ ਕੋਈ ਫੀਮੇਲ ਆਪਾਂ ਰੱਖ ਲੈਨੇ ਆ ਕਿ ਚਲੋ ਇਹ ਖਾਣਾ ਬਣਾ ਦਿਆ ਕਰੋਗੀ ਫਿਰ ਆਪਾਂ ਉਹਨੂੰ ਪੈਸੇ ਪੇ ਕਰਦੇ ਆ ਤੇ ਉਹ ਵੀ ਕੋਈ ਜ਼ਿਆਦਾ ਪੈਸੇ ਨਹੀਂ ਹੁੰਦੇ ਬਹੁਤ ਹੀ ਘੱਟ ਪੈਸੇ ਪੇ ਕਰਦੇ ਆ ਬਟ ਐਕਚੁਅਲ ਵਿੱਚ ਜਿਹੜੇ ਘਰਾਂ ਦੇ ਕੰਮ ਹੁੰਦੇ ਨੇ ਉਹਨਾਂ ਕੰਮ ਨੂੰ ਕਰਨ ਦੇ ਲਈ ਆਪਾਂ ਨੂੰ ਕਿੰਨੀ એનર્ਜੀ ਦੀ ਲੋਡ ਪੈਂਦੀ ਹੈ ਐਂਡ ਜਦੋਂ ਕੋਈ ਫੀਮੇਲ ਕੰਮ ਕਰਦੀ ਹੈ ਤੇ ਉਹਨੂੰ ਕਹਿ ਸਕਦੇ ਆ ਕਿ ਜਿਹੜੀ ਤਨਖਾਹ ਹੁੰਦੀ ਹੈ ਘੱਟ ਦਿੱਤੀ ਜਾਂਦੀ ਹੈ ਸੇਮ ਕੰਮ ਦੇ ਵਿੱਚ ਸੇਮ ਪ੍ਰੋਫੈਸ਼ਨ ਦੇ ਵਿੱਚ ਕਈ ਵਾਰ ਵੇਖਿਆ ਜਾਂਦਾ ਕਿ ਫੀਮੇਲਸ ਨੂੰ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਫੀਮੇਲਸ ਨੂੰ ਅਕਸਰ ਘੱਟ ਸਮਝਿਆ ਜਾਂਦਾ ਇਹ ਸਮਝਣ ਤੋਂ ਬਾਅਦ ਉਨਾ ਨਾਲ ਵਿਤਕਰਾ ਕੀਤਾ ਜਾਂਦਾ ਆ ਭੇਦਭਾਵ ਕੀਤਾ ਜਾਂਦਾ ਆ ਹੋ ਸਕਦਾ ਕਿ ਉਹ ਜੌਬ ਦੀ ਇੰਟਰਵਿਊ ਲਈ ਜਾਂਦੀਆਂ ਹੁਣ ਉੱਥੇ ਫੀਮੇਲਸ ਕੈਂਡੀਡੇਟ ਨੂੰ ਨਾ ਹੀ ਰੱਖਿਆ ਜਾਂਦਾ ਹੋਵੇ ਕਾਫੀ ਸਾਰੀਆਂ ਐਗਜ਼ਾਮਪਲ ਤੁਸੀਂ ਵੇਖ ਵੀ ਸਕਦੇ ਹੋ ਇੱਥੇ ਕਿਹਾ ਜਾ ਰਿਹਾ ਹੈ ਕਿ ਮਰਦ ਪ੍ਰਧਾਨ ਮੰਨਿਆ ਜਾਂਦਾ ਕੁਝ ਨੌਕਰੀਆਂ ਨੂੰ ਜਿਹਦੇ ਵਿੱਚ ਉਹ ਸਮਝਦੇ ਆ ਕਿ ਜਿਹੜੇ ਮੇਲ ਹੋਣਗੇ ਉਹੀ ਵਧੀਆ ਤਰੀਕੇ ਨਾਲ ਨੌਕਰੀ ਕਰ ਸਕਦੇ ਆ ਇਹਦੇ ਵਿੱਚ ਇਹਨਾਂ ਨੇ ਉਦਾਹਰਣ ਦਿੱਤੀ ਹੈ ਕਿ ਜਿਹੜੇ ਬੱਸ ਡਰਾਈਵਰ ਹੁੰਦੇ ਆ ਉਹਦੇ ਵਿੱਚ ਮੰਨਿਆ ਜਾਂਦਾ ਕਿ ਜਿਹੜੇ ਮਰਦ ਹੋਣਗੇ ਜਿਹੜੇ ਮੇਲ ਹੋਣਗੇ ਉਹਨਾਂ ਦਾ ਦਬਦਬਾ ਜ਼ਿਆਦਾ ਹੋਣਾ ਆ ਐਂਡ ਤੁਹਾਨੂੰ ਯਾਦ ਹੋਊਗਾ ਲక్ష్ਮੀ ਦੀ ਜਦੋਂ ਆਪਾਂ ਕਹਾਣੀ ਪੜ੍ਹੀ ਸੀਗੀ ਉਹ ਪਹਿਲੀ ਫੀਮੇਲ ਸੀਗੀ ਜਿਹੜੀ ਕਿ ਇੰਜਨ ਡਰਾਈਵਰ ਬਣੀ ਸੀਗੀ ਸੋ ਇੱਥੇ ਇਹ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਵੇਖਣ ਨੂੰ ਮਿਲਦੀਆਂ ਨੇ ਸੋ ਲਿੰਗ ਆਧਾਰਿਤ ਅਸਮਾਨਤਾ ਵੀ ਵੇਖਣ ਨੂੰ ਮਿਲਦੀ ਹੈ ਉਸ ਤੋਂ ਬਾਅਦ ਜਾਤ ਅਤੇ ਧਰਮ ਆਧਾਰਿਤ ਅਸਮਾਨਤਾ ਕਿਵੇਂ ਹੋ ਸਕਦੀ ਹੈ ਜਿਵੇਂ ਕਿ ਜਾਤ ਅਤੇ ਧਰਮ ਆਧਾਰਿਤ ਵਿਤਕਰਾ ਅਸਮਾਨਤਾ ਦਾ ਇੱਕ ਹੋਰ ਰੂਪ ਹੈਗਾ ਯਾ ਅਕਸਰ ਆਪਾਂ ਵੇਖਦੇ ਆ ਓਮ ਪ੍ਰਕਾਸ਼ ਵਾਲਮੀਕੀ ਜੀ ਦੀ ਕਹਾਣੀ ਵੀ ਆਪਾਂ ਪੜ੍ਹੀ ਸੀਗੀ ਡਾਕਟਰ ਭੀਮਰਾਵ ਅੰਬੇਦਕਰ ਦੀ ਵੀ ਕਹਾਣੀ ਪੜ੍ਹੀ ਸੀਗੀ ਐਂਡ ਇੱਕ ਆਪਾਂ ਹੋਰ ਕਹਾਣੀ ਪੜ੍ਹੀ ਸੀ ਜਿਹਦੇ ਵਿੱਚ ਆਪਾਂ ਵੇਖਿਆ ਸੀਗਾ ਕਿ ਇੱਕ ਦੋ ਜਿਹੜਾ ਇੱਕ ਕਪਲ ਸੀਗਾ ਇੱਕ ਜੋੜਾ ਸੀ ਮੁਸਲਿਮ ਪਰਿਵਾਰ ਤੋਂ ਸੰਬੰਧ ਰੱਖਦਾ ਸੀਗਾ ਐਂਡ ਉਹਨਾਂ ਨੂੰ ਕਿਸੇ ਨੇ ਵੀ ਘਰ ਦੇਣ ਤੋਂ ਮਤਲਬ ਕਿ ਹਮੇ ਨਹੀਂ ਸੀ ਭਰੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਮਾਸ ਖਾਂਦੇ ਹੋ ਮਤਲਬ ਇਸ ਤਰ੍ਹਾਂ ਦੇ ਫਾਲਤੂ ਦੇ ਐਕਸਕਿਊਜ਼ ਦਿੱਤੇ ਗਏ ਉਹਨਾਂ ਨੂੰ ਕਮਰਾ ਨਾ ਦੇਣ ਲਈ ਸੋ ਹੋ ਸਕਦਾ ਨਾ ਕਿ ਜਾਤ ਅਤੀ ਧਰਮ ਆਧਾਰ ਧਰਮ ਦੇ ਆਧਾਰ ਤੇ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਹੋਵੇ ਜਿਵੇਂ ਇੱਥੇ ਮੈਂ ਮੈਂਸ਼ਨ ਵੀ ਕੀਤਾ ਹੋਇਆ ਓਮ ਪ੍ਰਕਾਸ਼ ਵਾਲਮਕੀ ਅਤੇ ਅंसारी ਵਰਗੇ ਵਿਅਕਤੀਆਂ ਦੀਆਂ ਕਹਾਣੀਆਂ ਇਹਨਾਂ ਮੁੱਦਿਆਂ ਨੂੰ ਉਜਾਗਰ ਕਰਦੀਆਂ ਹਨ ਓਮ ਪ੍ਰਕਾਸ਼ ਨੂੰ ਜਾਤੀ ਆਧਾਰਿਤ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਜਦੋਂ ਕਿ ਅंसारी ਵਰਗੇ ਲੋਕਾਂ ਨੂੰ ਧਾਰਮਿਕ ਵਿਤਕਰੇ ਕਾਰਨ ਅਪਾਰਟਮੈਂਟ ਜਾਂ ਫਿਰ ਕਮਰਾ ਲੱਭਣ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਐਂਡ ਜਦੋਂ ਇਹਨਾਂ ਭੇਦਭਾਵਾਂ ਵਿਚਕਾਰ ਬਾਰਡਰ ਮਿਲ ਜਾਂਦੇ ਹਨ ਵੈਨ ਬਾਰਡਰ ਬੀਟਵੀਨ ਥੇਸ ਡਿਸਕ੍ਰਿਮੀਨੇਸ਼ਨਸ ਮਰਜ਼ ਕਿ ਅਸਮਾਨਤਾ ਹਮੇਸ਼ਾ ਵੱਖਰੀ ਨਹੀਂ ਹੁੰਦੀ ਉਹ ਓਵਰਲੈਪ ਅਤੇ ਤੀਬਰ ਹੋ ਸਕਦੀ ਹੈ ਇਸ ਪੁਆਇੰਟ ਦਾ ਮਤਲਬ ਇਹ ਹੈ ਕਿ ਆਪਾਂ ਇੱਥੇ ਤਿੰਨ ਤਰ੍ਹਾਂ ਦੀਆਂ ਅਸਮਾਨਤਾਵਾਂ ਪੜ੍ਹੀਆਂ ਮਤਲਬ ਕਿ ਇਹ ਤਿੰਨੇ ਜਦੋਂ ਰਲ ਜਾਂਦੇ ਆ ਜਾਂ ਫਿਰ ਓਵਰਲੈਪ ਕਰਦੇ ਆ ਕਿ ਇਹ ਵੱਖਰੇ ਨਹੀਂ ਹੈਗੇ ਇਹ ਓਵਰਲੈਪ ਹੋ ਜਾਂਦੇ ਆ ਜਿਵੇਂ ਕਿ ਕੋਈ ਪਰਸਨ ਆ ਕਿਸੇ ਸਪੈਸੀਫਿਕ ਕਾਸਟ ਜਾਂ ਫਿਰ ਰਿਲੀਜੀਅਨ ਨਾਲ ਸਬੰਧ ਰੱਖਦਾ ਹੋ ਸਕਦਾ ਉਹਨੂੰ ਓਪਰਚ्युनिटीज ਨਾ ਮਿਲਣ ਜਿਹਦੇ ਕਰਕੇ ਉਸ ਗਰੀਬ ਪਰਸਨ ਦਾ ਉਸ ਚੱਕਰ ਵਿੱਚੋਂ ਜਿਹੜਾ ਆਉਣਾ ਆ ਬਾਹਰ ਆਉਣਾ ਬੜਾ ਮੁਸ਼ਕਿਲ ਹੋ ਜਾਊਗਾ ਉਸ ਤੋਂ ਬਾਅਦ ਵੇਖੋ ਸਮਾਨਤਾ ਲਈ ਲੜਾਈ ਕਿ ਦਾ ਫਾਈਟ ਫਾਰ ਇਕੁਐਲਟੀ ਹਾਸ਼ੀਏ ਤੇ ਪਏ ਜਿਹੜੇ ਮਾਰਜਨਲਾਈਜ਼ਡ ਲੋਕ ਹੁੰਦੇ ਨੇ ਠੀਕ ਹੈ ਜੀ ਮਾਰਜੀਨਲਾਈਜ਼ ਜਿਹੜੇ ਲੋਕ ਹੁੰਦੇ ਨੇ ਹਾਸ਼ੀਏ ਤੇ ਪਏ ਜਿਹੜੇ ਲੋਕ ਹੈਗੇ ਨੇ ਜਿਹੜੇ ਵਿਅਕਤੀ ਹੈਗੇ ਨੇ ਉਹਨਾਂ ਨੂੰ ਆਪਣੇ ਅਧਿਕਾਰਾਂ ਲਈ ਲੜਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਅਕਸਰ ਅਣਗੌਲੀਆਂ ਮਤਲਬ ਕਹਿ ਸਕਦੇ ਆ ਕਿ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਆ ਸੋ ਜਿਹਦੇ ਕਰਕੇ ਉਹਨਾਂ ਨੂੰ ਆਪ ਅੱਗੇ ਆਉਣਾ ਪੈਣਾ ਆ ਐਂਡ ਇਨ ਪਾਸਟ ਆਪਾਂ ਵੇਖ ਚੁੱਕੇ ਆ ਕਿ ਇਹ ਲੋਕ ਆਪ ਅੱਗੇ ਆਉਂਦੇ ਵੀ ਨਹੀਂ ਤੇ ਇਨ ਫਿਊਚਰ ਚ ਅੱਗੇ ਆਉਂਦੇ ਵੀ ਰਹਿਣਗੇ ਤੇ ਅੱਜ ਦੇ ਟਾਈਮ ਵਿੱਚ ਵੀ ਅੱਗੇ ਆਉਂਦੇ ਨੇ ਸਮਾਨਤਾ ਲਈ ਸੰਘਰਸ਼ਾਂ ਦੀ ਅਗਵਾਈ ਵਿਅਕਤੀਆਂ ਜਾਂ ਸੰਗਠਿਤ ਸਮੂਹਾਂ ਦੁਆਰਾ ਕੀਤੀ ਜਾ ਸਕਦੀ ਹੈ ਐਂਡ ਰੋਜ਼ਾ ਪਾਰਕ ਦੀ ਕਹਾਣੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗੀ ਜਿਹਦੇ ਵਿੱਚ ਆਪਾਂ ਬੜੇ ਵਧੀਆ ਤਰੀਕੇ ਨਾਲ ਦੱਸਿਆ ਜਾਗਾ ਕਿ ਰੋਜ਼ਾ پارک ਨਾਮ ਦੀ ਜਿਹੜੀ ਕਾਲੀ ਔਰਤ ਸੀਗੀ ਜਿਹਦੇ ਨਾਲ ਭੇਦਭਾਵ ਕੀਤਾ ਗਿਆ ਉਹਨੂੰ ਸੀਟ ਤੇ ਬੈਠਣ ਉਹ ਸੀਟ ਤੇ ਬੈਠੀ ਸੀਗੀ ਬੱਸ ਦੀ ਸੀਟ ਤੇ ਤੇ ਐਕਸਪੈਕਟ ਕੀਤਾ ਜਾਂਦਾ ਸੀਗਾ ਕਿ ਜਦੋਂ ਵੀ ਕੋਈ ਗੋਰਾ ਵਿਅਕਤੀ ਆ ਗਿਆ ਉਹਨੂੰ ਆਪ ਦੀ ਸੀਟ ਦੇਣੀ ਪੈਣੀ ਆ ਇੱਕ ਦਿਨ ਥੱਕੀ ਪਈ ਸੀ ਉਹ ਉੱਠੀ ਨਹੀਂ ਉਹਨੇ ਆਪ ਦੀ ਆਵਾਜ਼ ਚੁੱਕੀ ਐਂਡ ਉਸ ਦਿਨ ਆਵਾਜ਼ ਚੁੱਕਣ ਕਰਕੇ ਕੀ ਹੋ ਗਿਆ ਕਿ ਉਹਦੇ ਜਿਹੜੇ ਕਮਿਊਨਿਟੀ ਦੇ ਲੋਕ ਸੀਗੇ ਮਤਲਬ ਉਹਨਾਂ ਨੇ ਕਾਫੀ ਜ਼ਿਆਦਾ ਇਨਸਪੀਰੇਸ਼ਨ ਲਈ ਐਂਡ ਬਹੁਤ ਜ਼ਿਆਦਾ ਉਹਨਾਂ ਨੇ ਸੰਘਰਸ਼ ਕੀਤਾ ਐਂਡ ਲਾਸਟ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਆ ਕਿ ਸਮਾਨਤਾ ਜਿਹੜੀ ਹੈਗੀ ਆ ਸਮਾਨਤਾ ਲਈ ਜਿਹੜਾ ਕਾਨੂੰਨ ਹੈਗਾ ਜੀ ਉਹ ਪਾਸ ਕਰ ਦਿੱਤਾ ਗਿਆ ਸੀਗਾ ਸੋ ਇਹ ਸਭ ਕਿਵੇਂ ਪੋਸਿਬਲ ਹੋ ਚੁੱਕਿਆ ਮਤਲਬ ਕਿਵੇਂ ਪੋਸਿਬਲ ਹੋ ਸਕਿਆ ਕਿਉਂਕਿ ਇਨਾਂ ਨੇ ਸਮਾਨਤਾ ਲਈ ਜਿਹੜੀ ਲੜਾਈ ਹੈਗੀ ਐ ਜੀ ਉਹ ਲੜੀ ਐ ਐਂਡ ਇੱਥੇ ਵੇਖਿਆ ਕਿ ਹਾਸ਼ੀਏ ਤੇ ਪਏ ਲੋਕਾਂ ਦਾ ਇਕੱਠਾ ਹੋਣਾ ਦਾ ਕਮਿੰਗ ਟੂਗੇਦਰ ਆਫ ਮਾਰਜਨਲਾਈਜ਼ਡ ਫੌਕਸ ਹਾਸ਼ੀਏ ਦਾ ਸਾਹਮਣਾ ਕਰ ਰਹੇ ਭਾਈਚਾਰੇ ਅਕਸਰ ਸਾਂਝੇ ਮੁੱਦਿਆਂ ਨੂੰ ਹੱਲ ਕਰਨ ਲਈ ਕੀ ਹੁੰਦੇ ਨੇ ਜੀ ਇਕੱਠੇ ਹੋ ਜਾਂਦੇ ਨੇ ਇਕਜੁੱਟ ਹੋ ਜਾਂਦੇ ਨੇ ਐਂਡ ਆਪਾਂ ਵੇਖਦੇ ਹਾਂ ਕਿ ਜਦੋਂ ਇਹ ਲੋਕ ਇਕੱਠੇ ਹੁੰਦੇ ਨੇ ਤੇ ਇਨਾਂ ਦੀ ਜਿਹੜੀ ਗੱਲ ਹੈ ਗਿਆ ਜੀ ਉਹ ਸੁਣੀ ਵੀ ਜਾਂਦੀ ਹੈ ਵਕ ਵਕ ਭਾਈ ਚਾਰੇ ਆ ਜਿਵੇਂ ਕਿ ਬਿੜੀ ਕਾਮੇ ਘਰੇਲੂ ਕਾਮੇ ਝੋਗੀ ਜੋ ਉਪੜੀ ਵਾਲੇ ਆਪਣੇ ਹੱਕਾ ਲਈ ਕੀ ਕਰਦੇ ਨੇ ਜੀ ਉਹ ਲੜਦੇ ਨੇ ਇਸੇ ਤਰ੍ਹਾਂ ਦੀ ਕਹਾਣੀ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਕਿ ਸਮਾਨਤਾ ਲਈ ਸੰਘਰਸ਼ ਦੀ ਕਹਾਣੀ ਤਵਾ ਮਤਸਿਆ ਸੰਗ ਦ ਸਟੋਰੀ ਆਫ ਸਟਰਗਲ ਫਾਰ ਇਕਵੈਲਟੀ ਤਵਾ ਮਤਸਿਆ ਸੰਗ ਦੀ ਜਿਹੜੀ ਕਹਾਣੀ ਹੈਗੀ ਆ ਇਹਨੂੰ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤਵਾ ਮਤਸਿਆ ਸੰਗ ਕੀ ਹੈਗਾ ਜੀ ਮੱਧ ਪ੍ਰਦੇਸ਼ ਦੇ ਸਤਪੁਰਾ ਜੰਗਲ ਵਿੱਚ ਵਿ ਸਥਾਪਿਤ ਜੰਗਲ ਨਿਵਾਸੀਆਂ ਦੇ ਹੱਕਾਂ ਲਈ ਲੜ ਰਹੇ ਮਸ਼ੇਰਿਆਂ ਦੇ ਜਿਹੜੇ ਮੱਛੀ ਫੜਨ ਵਾਲੇ ਜਿਹੜੇ ਲੋਕ ਹੁੰਦੇ ਨੇ ਦੇ ਸਹਿਕਾਰੀ ਸੰਗਠਨਾਂ ਦਾ ਕਹਿ ਸਕਦੇ ਆ ਇੱਕ ਸੰਗ ਹੈ ਐਂਡ ਆਪਾਂ ਇਹਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਜਦੋਂ ਤਵਾ ਡੈਮ ਬਣਾਇਆ ਗਿਆ ਤਵਾ ਡੈਮ ਬਣਾਉਣ ਦੇ ਨਾਲ ਆਲੇ-ਦੁਆਲੇ ਜਿਹੜੇ ਲੋਕ ਸੀਗੇ ਜਿਹੜੇ ਪਿੰਡ ਵਾਸੀ ਸੀਗੇ ਉਹਨਾਂ ਨੂੰ ਉਜਾੜ ਦਿੱਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਾਓ ਇਸ ਤੋਂ ਪਹਿਲਾਂ ਇਹ ਜਿਹੜੇ ਲੋਕ ਸਕੇ ਇੱਥੇ ਮੱਛੀਆਂ ਫੜਦੇ ਹੁੰਦੇ ਸਕੇ ਬਟ ਡੈਮ ਬਣਨ ਕਰਕੇ ਇਹਨਾਂ ਦਾ ਜਿਹੜਾ ਘਰ ਸਿਕਾ ਜੀ ਉਹ ਉਜੜ ਗਿਆ ਐਂਡ ਜਿਹੜਾ ਇਹਨਾਂ ਦਾ ਲਾਈਵਲੀਹੂਡ ਸਿਕਾ ਰੋਟੀ ਕਮਾਉਣ ਦਾ ਜਿਹੜਾ ਜ਼ਰੀਆ ਸੀ ਉਹ ਵੀ ਖਤਮ ਹੋ ਗਿਆ ਤੇ ਇਸ ਤੋਂ ਬਾਅਦ ਹੁੰਦਾ ਕੀ ਹੈ ਇੱਥੇ ਗੱਲ ਰੁਕਦੀ ਨਹੀਂ 1994 ਦੇ ਵਿੱਚ ਜਿਹੜੇ ਪ੍ਰਾਈਵੇਟ ਕੰਟਰੈਕਟਰਸ ਹੁੰਦੇ ਨੇ ਪ੍ਰਾਈਵੇਟ ਜਿਹੜੇ ਠੇਕੇਦਾਰ ਹੁੰਦੇ ਨੇ ਉਹਨਾਂ ਨੂੰ ਅਧਿਕਾਰ ਦੇਤੇ ਦੇ ਦਿੱਤੇ ਗਏ ਕਿ ਤੁਸੀਂ ਮੱਛੀਆਂ ਫੜ ਲਿਆ ਕਰੋ ਤੇ ਇਹ ਜਿਹੜੇ ਠੇਕੇਦਾਰ ਸੀਗੇ ਮੱਛੀਆਂ ਫੜਨ ਵਾਲੇ ਇਹ ਨਹੀਂ ਚਾਹੁੰਦੇ ਸੀ ਕਿ ਜਿਹੜੇ ਪਿੰਡ ਵਾਲੇ ਲੋਕ ਨੇ ਉਹ ਮੱਛੀਆਂ ਫੜਨ ਕਈ ਵਾਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਲੋਕਲ ਲੋਕਾਂ ਨੂੰ ਭਜਾ ਦਿੱਤਾ ਜਾਵੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਫੋਰਸ ਕੀਤਾ ਕਹਿ ਸਕਦੇ ਆ ਕਿ ਕਾਫੀ ਜਿਹੜੀ ਸਿਚੁਏਸ਼ਨ ਸੀ ਕਿ ਖਰਾਬ ਹੋਣੀ ਸ਼ੁਰੂ ਹੋ ਗਈ ਬਟ ਇਹਨਾਂ ਲੋਕਾਂ ਨੇ ਜਿਹੜੇ ਲੋਕ ਸੀਗੇ ਕਿਹੜੇ ਲੋਕਾਂ ਦੀ ਮੈਂ ਗੱਲ ਕਰ ਰਿਹਾ ਤਵਾ ਮਤਸਿਆ ਸੰਘ ਜਿਹੜਾ ਇਹਨਾਂ ਨੇ ਗਰੁੱਪ ਬਣਾਇਆ ਸੀਗਾ ਇਸ ਗਰੁੱਪ ਦੇ ਜਿਹੜੇ ਲੋਕ ਸੀਗੇ ਇਹਨਾਂ ਨੇ ਸੜਕਾਂ ਨੂੰ ਰੋਕਣਾ ਬੰਦ ਰੋਕਣਾ ਸ਼ੁਰੂ ਕਰ ਦਿੱਤਾ ਮਤਲਬ ਇਹ ਸਰਕਾਰ ਦੀ ਅਟੈਨਸ਼ਨ ਲੈਣਾ ਚਾਹੁੰਦੇ ਸੀਗੇ ਕਿ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ ਸਾਡੇ ਜਿਹੜੇ ਹੱਕ ਨੇ ਜੀ ਉਹ ਸਾਨੂੰ ਦਿੱਤੇ ਜਾਣ ਤੇ ਫਾਈਨਲੀ 1996 ਦੇ ਵਿੱਚ ਪਿੰਡ ਵਾਸੀਆਂ ਨੇ ਤਵਾ ਮਤਸਿਆ ਜਿਹੜਾ ਸੰਘ ਸੀਗਾ ਬਣਾਇਆ ਵਿਰੋਧ ਕੀਤਾ 1996 ਵਿੱਚ ਉਹਨਾਂ ਨੂੰ ਮੱਛੀ ਫੜਨ ਦਾ ਜਿਹੜਾ ਅਧਿਕਾਰ ਸੀਗਾ ਉਹ ਦੁਬਾਰਾ ਤੋਂ ਪ੍ਰਾਪਤ ਹੋ ਗਿਆ ਇੱਥੇ ਵੀ ਇਹ ਲੋਕ ਨਹੀਂ ਰੁਕੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਆਪਦੀ ਕਮਿਊਨਿਟੀ ਬਣਾਈਆਂ ਕਿ ਜੇਕਰ ਫਿਊਚਰ ਵਿੱਚ ਕੋਈ ਲੋਡ ਪੈਂਦੀ ਹੈ ਤੇ ਆਪਾਂ ਫਿਰ ਤੋਂ ਖੜੇ ਹੋ ਜਾਵਾਂਗੇ ਐਂਡ ਜੇਕਰ ਕਿਸੇ ਗਰੀਬ ਕਹਿ ਸਕਦੇ ਆ ਫਿਸ਼ਰਮੈਨ ਕੋਲ ਪੈਸੇ ਨਹੀਂ ਹੈਗੇ ਆਪਾਂ ਕਮਿਊਨਿਟੀਆਂ ਬਣਾਵਾਂਗੇ ਟੀਮਵਰਕ ਕਰਾਂਗੇ ਉਹਨਾਂ ਨੂੰ ਉਹਨਾਂ ਦੀ ਮਦਦ ਕਰਾਂਗੇ ਜੇਕਰ ਕੋਈ ਮੱਛੀ ਫੜ ਕੇ ਲਿਆਉਂਦਾ ਆ ਤੇ ਉਹਨੂੰ ਪੈਸੇ ਵੀ ਪ੍ਰੋਪਰ ਮਿਲਿਆ ਕਰਨ ਇਹ ਨਹੀਂ ਕਿ ਸਸਤੇ ਰੇਟ ਦੇ ਵਿੱਚ ਮੱਛੀਆਂ ਵੇਚਦਿਆ ਕਰਨ ਕਿਉਂਕਿ ਇਹ ਇਨਾਂ ਦੀ ਰੋਜੀ ਰੋਟੀ ਸੀਗੀ ਸੋ ਆਪਾਂ ਸਮਝ ਸਕਦੇ ਆ ਕਿ ਸੰਸਥਾ ਨੇ ਮੱਛੀ ਦੇ ਉਚਿਤ ਭਾਅ ਅਤੇ ਮੰਡੀਕਰਨ ਨੂੰ ਯਕੀਨੀ ਬਣਾਉਣ ਲਈ ਇੱਕ ਸਹਿਕਾਰੀ ਸੰਸਥਾ ਦੀ ਵੀ ਸਥਾਪਨਾ ਕੀਤੀ ਸੀਗੀ ਸੋ ਇਹ ਵੀ ਇੱਕ ਐਗਜ਼ਾਮਪਲ ਹੈਗੀ ਇੱਕ ਆਦੀ ਐਗਜ਼ਾਮਪਲ ਹੈਗੀ ਆ ਕਿ ਸਮਾਨਤਾ ਲਈ ਇਨਾਂ ਲੋਕਾਂ ਨੇ ਕਿਵੇਂ ਲੜਾਈ ਲੜੀ ਸੀਗੀ ਕਿਹਨਾਂ ਲੋਕਾਂ ਨੇ ਲੜਾਈ ਲੜੀ ਸੀਗੀ ਤਵਾ ਮਤਸਿਆ ਸੰਗ ਜਿਹੜਾ ਗਰੁੱਪ ਸੀਗਾ ਜਿਹੜਾ ਕਿ ਆਪਦੇ ਹੱਕਾਂ ਲਈ ਖੜਾ ਹੋਇਆ ਸੀਗਾ ਇੰਨੀ ਗੱਲ ਤੁਸੀਂ ਯਾਦ ਕਰ ਲਿਓ ਕਿ 1996 ਵਿੱਚ ਇਨਾ ਨੂੰ ਮੱਛੀ ਫੜਨ ਦੇ ਜਿਹੜੇ ਅਧਿਕਾਰ ਸੀਗੇ ਜੀ ਇਹ ਮੋੜ ਪ੍ਰਾਪਤ ਹੋ ਗਏ ਸੀਗੇ ਐਂਡ ਆਪਾਂ ਅੱਗੇ ਗੱਲ ਕਰਦੇ ਹਾਂ ਭਾਰਤੀ ਸੰਵਿਧਾਨ ਸਮਾਨਤਾ ਦੀ ਜਿਹੜੀ ਪਵਿੱਤਰ ਕਿਤਾਬ ਹੈਗੀ ਆ ਇੰਡੀਅਨ ਕਨਸਟੀਟਿਊਸ਼ਨ ਦਾ ਹੋਲੀ ਬੁੱਕ ਆਫ ਇਕੁਐਲਿਟੀ ਜਿਹੜਾ ਭਾਰਤੀ ਸੰਵਿਧਾਨ ਹੈਗਾ ਆ ਕਾਨੂੰਨ ਦੇ ਸਾਹਮਣੇ ਬਰਾਬਰੀ ਦੀ ਗਾਰੰਟੀ ਦਿੰਦਾ ਆ ਹੋ ਸਕਦਾ ਹੈ ਕਿ ਤੁਹਾਨੂੰ ਲੱਗਦਾ ਹੋਵੇ ਕਿ ਬਰਾਬਰੀ ਦੀ ਗਾਰੰਟੀ ਨਹੀਂ ਦਿੰਦਾ ਆਪਣੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜਾ ਹੈਗਾ ਆ ਡਿਫਰੈਂਸ ਵੇਖਣ ਨੂੰ ਮਿਲਦਾ ਕੋਈ ਲੋਕ ਗਰੀਬ ਹੁੰਦੇ ਨੇ ਕਈ ਲੋਕ ਅਮੀਰ ਹੁੰਦੇ ਨੇ ਕਈ ਵਾਰ ਤੁਸੀਂ ਵੇਖਿਆ ਹੋਣਾ ਸਕੂਲਾਂ ਦੇ ਪੱਧਰ ਤੇ ਵੀ ਲੋਕਾਂ ਨਾਲ ਭੇਦਭਾਵ ਕੀਤਾ ਜਾਂਦਾ ਆ ਓਮ ਪ੍ਰਕਾਸ਼ ਵਾਲਮੀਕੀ ਰੀਸੈਂਟ ਐਗਜ਼ਾਮਪਲ ਤੁਹਾਨੂੰ ਜਿਹੜੀ ਆ ਕਿ ਜਿਹੜੇ ਕਿ ਆਪਾਂ ਪਾਠ ਵਿੱਚ ਪੜ ਚੁੱਕੇ ਆ ਤੁਸੀਂ ਵੇਖਿਆ ਸਗਾ ਬਟ ਫਿਰ ਵੀ ਆਪਣੇ ਸੰਵਿਧਾਨ ਵਿੱਚ ਲਿਖਿਆ ਹੋਇਆ ਕਿ ਕਿਸੇ ਵੀ ਪਰਸਨ ਨਾਲ ਧਰਮ ਦੇ ਨਾਮ ਤੇ ਲਿੰਗ ਦੇ ਨਾਮ ਤੇ ਜਾਤ ਦੇ ਨਾਮ ਤੇ ਜਾਂ ਫਿਰ ਆਰਥਿਕ ਸਥਿਤੀ ਦੇ ਆਧਾਰ ਤੇ ਕਿਸੇ ਨਾਲ ਵੀ ਵਿਤਕਰਾ ਜਿਹੜਾ ਹੈਗਾ ਆ ਉਹ ਨਹੀਂ ਕੀਤਾ ਜਾ ਸਕਦਾ ਜੇਕਰ ਕੋਈ ਪਰਸਨ ਕਰਦਾ ਆ ਤੇ ਆਪਣੇ ਸੰਵਿਧਾਨ ਵਿੱਚ ਪ੍ਰਾਵਧਾਨ ਦਿੱਤੇ ਹੋਏ ਆ ਕਿ ਉਸ ਪਰਸਨ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਭਾਰਤ ਵਿੱਚ ਸਮਾਨਤਾ ਲਈ ਜਿਹੜੇ ਅੰਦੋਲਨ ਸਕੇ ਅਕਸਰ ਭਾਰਤੀ ਸੰਵਿਧਾਨ ਨੂੰ ਆਪਣੀਆਂ ਮੰਗਾਂ ਨੂੰ ਆਪਣੇ ਮੰਗਾ ਦੀ ਬੁਨਿਆਦ ਬੁਨਿਆਦ ਵੱਜੋਂ ਦਰਸਾਉਂਦੇ ਹਨ ਇਹਦਾ ਮਤਲਬ ਇਹ ਹੈ ਕਿ ਆਪਣੇ ਸੰਵਿਧਾਨ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਲਿਖੀਆਂ ਹੋਈਆਂ ਨੇ ਜਿਹਦੇ ਵਿੱਚ ਆਪਾਂ ਨੂੰ ਇਕੁਐਲਟੀ ਦੀ ਜਿਹੜੀ ਗੱਲ ਹੈਗੀ ਆ ਉਹ ਵੇਖਣ ਨੂੰ ਮਿਲਦੀ ਹੈ ਜਿਵੇਂ ਕੁਝ ਆਰਟੀਕਲਸ ਤਾਂ ਵੇਖਣ ਨੂੰ ਮਿਲਦੇ ਹੀ ਹੈ ਇਸ ਦੇ ਨਾਲ ਤੁਹਾਨੂੰ ਕੁਝ ਮੌਲਿਕ ਅਧਿਕਾਰ ਵੇਖਣ ਨੂੰ ਮਿਲਦੇ ਨੇ ਐਂਡ ਇਸ ਤੋਂ ਇਲਾਵਾ ਤੁਹਾਨੂੰ ਡੀ ਪੀ ਐਸ ਪੀ ਵੀ ਵੇਖਣ ਨੂੰ ਮਿਲਦੀ ਹੈਗੇ ਆ ਐਟ ਲਾਸਟ ਆਪਾਂ ਗੱਲ ਕਰ ਲੈਨੇ ਆ ਸੰਖੇਪ ਮੁੱਖ ਜਿਹੜੇ ਨੁਕਤੇ ਹੈਗੇ ਸਮਰਾਈਜ਼ਡ ਜੋ ਕੁਝ ਆਪਾਂ ਪੜ ਚੁੱਕੇ ਆ ਕਿ ਬਰਾਬਰ VOTING ਅਧਿਕਾਰਾਂ ਸਿਹਤ ਸੰਭਾਲ ਰਿਹائش ਅਤੇ ਸਿੱਖਿਆ ਤੱਕ ਪਹੁੰਚ ਨੂੰ ਸੀਮਿਤ ਕਰਨ ਦੇ ਬਾਵਜੂਦ ਵਿੱਤੀ ਅਸਮਾਨਤਾ ਬਣੀ ਰਹਿੰਦੀ ਹੈ ਕਿਸੇ ਵਿਧਾਨ ਦੇ ਵਿੱਚ ਆਪਾਂ ਨੂੰ ਇਕੁਐਲਟੀ ਦੀ ਗੱਲ ਕੀਤੀ ਬੇਸ਼ੱਕ ਜਾਂਦੀ ਹੈ ਬਟ ਜਿਹੜੀ ਵਿੱਤੀ ਅਸਮਾਨਤਾ ਹੈਗੀ ਆ ਜਿਹਦੇ ਬਾਰੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਆ ਕੀ ਇਹ ਬਣੀ ਰਹਿੰਦੀ ਹੈ ਲਿੰਗ ਆਧਾਰਿਤ ਅਸਮਾਨਤਾ ਔਰਤਾ ਦੀਆਂ ਤਨਖਾਹਾਂ ਅਤੇ ਨੌਕਰੀਆਂ ਦੇ ਮੌਕੇ ਨੂੰ ਬਿਲਕੁਲ ਪ੍ਰਭਾਵਿਤ ਕਰਦੀ ਹੈ ਜਾਤੀ ਅਤੇ ਧਰਮ ਆਧਾਰਿਤ ਵਿਤਕਰਾ ਅਸਮਾਨਤਾ ਦਾ ਕਾਰਨ ਬਣਦਾ ਹੈ ਬਿਲਕੁਲ ਇਹ ਗੱਲ ਠੀਕ ਹੈ ਕਿ ਜੇ ਕਿਸੇ ਪਰਸਨ ਨਾਲ ਜਾਤੀ ਅਤੇ ਧਰਮ ਆਧਾਰਿਤ ਵਿਤਕਰਾ ਕੀਤਾ ਜਾਊਗਾ ਤੇ ਇਨ ਫਿਊਚਰ ਉਹ ਅਸਮਾਨਤਾ ਦਾ ਰੂਪ ਹੀ ਲਊਗਾ ਜਦੋਂ ਵਿਤਕਰੇ ਦੇ ਕਈ ਰੂਪ ਓਵਰਲੈਪ ਹੁੰਦੇ ਹਨ ਤਾਂ ਅਸਮਾਨਤਾ ਕੀ ਹੁੰਦੀ ਹੈ ਜੀ ਉਹ ਵੱਧ ਜਾਂਦੀ ਹੈ ਸਮਾਨਤਾ ਦੀ ਲੜਾਈ ਦੀ ਅਗਵਾਈ ਵਿਅਕਤੀਆਂ ਜਾਂ ਸੰਗਠਾ ਸੰਗਠਿਤ ਸਮੂਹਾਂ ਦੁਆਰਾ ਕੀਤੀ ਜਾ ਸਕਦੀ ਹੈ ਅਤੇ ਭਾਈਚਾਰੇ ਅਕਸਰ ਸਾਂਝੇ ਕਾਰਨਾ ਲਈ ਇੱਕ ਇਕਜੁੱਟ ਹੋ ਜਾਂਦੇ ਹਨ ਜਿਵੇਂ ਤਵਾ ਮਤਸਿਆ ਸੰਗ ਜਿਹੜਾ ਹੈਗਾ ਸੀ ਉਹ ਇਹਦੀ ਐਗਜ਼ਾਮਪਲ ਸੀਗੀ ਐਂਡ ਸਮਾਨਤਾ ਦੀ ਲੜਾਈ ਦੀ ਆਪਾਂ ਗੱਲ ਕਰ ਚੁੱਕੇ ਹਾਂ ਇਸ ਤੋਂ ਬਾਅਦ ਆਪਾਂ ਤਵਾ ਮਤ ਦੱਸਿਆ ਸੰਗ ਸਮਾਨ ਅਧਿਕਾਰਾਂ ਲਈ ਸਮੂਹਿਕ ਸੰਘਰਸ਼ ਦੀ ਇੱਕ ਆਧਾਰਨ ਹੈਗੀ ਆ ਭਾਰਤੀ ਸੰਵਿਧਾਨ ਸਮਾਨਤਾ ਲਈ ਲੜਨ ਵਾਲੀਆਂ ਲਹਿਰਾਂ ਲਈ ਇੱਕ ਬੁਨਿਆਦੀ ਦਸਤਾਵੇਜ਼ ਵਜੂ ਕੰਮ ਕਰਦਾ ਹੈ ਇਹ ਗੱਲ ਬਿਲਕੁਲ ਠੀਕ ਲਿਖੀ ਹੋਈ ਹੈ ਕਿ ਜਿਹੜਾ ਆਪਣਾ ਇੰਡੀਅਨ ਕਨਸਟੀਟਿਊਸ਼ਨ ਹੈਗਾ ਆ ਸਮਾਨਤਾ ਦੀ ਲੜਾਈ ਲੜਨ ਵਾਲਿਆਂ ਲਹਿਰਾਂ ਲਈ ਕਹਿ ਸਕਦੇ ਹਾਂ ਇੱਕ ਬੁਨਿਆਦੀ ਜਿਹੜਾ ਦਸਤਾਵੇਜ਼ ਹੈਗਾ ਆ ਉਹ ਬਿਲਕੁਲ ਉਸ ਤਰ੍ਹਾਂ ਹੀ ਕੰਮ ਕਰਦਾ ਆ ਐਂਡ ਸਰਕਾਰ ਨਵੀਆਂ-ਨਵੀਆਂ ਸਕੀਮਾਂ ਵੀ ਲੈ ਕੇ ਆਉਂਦੀ ਹੈ ਜਿਵੇਂ ਕਿ ਕੁਝ ਸਬਸਿਡੀ ਦੇ ਰੂਪ ਵਿੱਚ ਗਰੀਬਾਂ ਦੀ ਮਦਦ ਕਰਨਾ ਜਾਂ ਫਿਰ ਫੀਮੇਲ ਜਿਹੜੇ ਚਾਈਲਡਸ ਹੁੰਦੀਆਂ ਨੇ ਉਹਨਾਂ ਦੀ ਹੈਲਪ ਕੀਤੀ ਜਾਵੇ ਸਕੂਲਾਂ ਵਿੱਚ ਕੋਈ ਫੀਸ ਨਾ ਰੱਖ ਕੇ ਸੋ ਇਸ ਤਰ੍ਹਾਂ ਦੇ ਕਾਫੀ ਸਾਰੇ ਜਿਹੜੇ ਇਨੀਸ਼ੀਏਟਿਵਸ ਹੁੰਦੇ ਨੇ ਉਹ ਸਰਕਾਰ ਦੁਆਰਾ ਵੀ ਲਈ ਜਾਂਦੇ ਹੈਗੇ ਆ ਇਨ ਇਕੁਐਲਟੀ ਨੂੰ ਰਿਮੂਵ ਕਰਨ ਲਈ ਇਹਨੂੰ ਕਾਫੀ ਟਾਈਮ ਲੱਗ ਜਾਏਗਾ ਬਟ ਸਰਕਾਰ ਦੁਆਰਾ ਜਿਹੜੀਆਂ ਕਹਿ ਸਕਦੇ ਆ ਇਨੀਸ਼ੀਏਟਿਵ ਹੈਗੇ ਆ ਕੋਸ਼ਿਸ਼ਾਂ ਹੈਗੀਆਂ ਨੇ ਜੀ ਉਹ ਸਰਕਾਰ ਦੁਆਰਾ ਕੀਤੀਆਂ ਜਾਂਦੀਆਂ ਨੇ ਸੋ ਇੰਨੀ ਇੱਕ ਗੱਲ ਸੀਗੀ ਆਪਣੇ ਇਸ ਚੈਪਟਰ ਦੀ ਹੋਪ ਸੋ ਤੁਹਾਨੂੰ ਇਹ ਵੀਡੀਓ ਹੈਲਪਫੁਲ ਲੱਗੀ ਹੋਊਗੀ ਜੇਕਰ ਵੀਡੀਓ ਹੈਲਪਫੁਲ ਲੱਗੀ ਸੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching god bless you all